हाँ जी रेट खा दसना वा और खबरां ना मत बला। अज मिति 10 जून नूं असी पंजाब सरकार दीआं हदायतां मुताबक झोने की जिहड़ी लवाई उह शुरू कर दित्ती गई आ। ते साडी पंजाब सरकार नूं इही बेनती आ भी नहरी पाणी दी अते बिजली दी कोई कमी ना आउण दित्ती जावे, घट तों घट 10 घंटे बिजली सानूं निर्विघन बिजली दित्ती जावे ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆ ਸਕੇ। ਤੁਸੀਂ ਸਰ ਕਿਹੜੀ ਬੀਜ ਬੀਜ ਰਹੇ ਹੋ? ਇਹ PRX 14 ਜੀ। ਅੱਜ 10 ਜੂਨ ਹੋ ਚੁੱਕੀ ਹੈ, ਸਾਰੇ ਕਿਸਾਨ ਵੀਰ ਜਿਹੜੇ ਝੋਨੇ ਲਾਉਣ ਦੀ ਬਿਲਕੁਲ ਤਿਆਰੀ 'ਚ ਬੈਠੇ ਸਨ। ਸੋ ਜਿਹੜੀਆਂ ਸਾਡੀਆਂ ਮੰਗਾਂ ਸੀ ਕੁਛ ਉਹ ਪੂਰੀਆਂ ਵੀ ਹੋ ਚੁੱਕੀਆਂ ਨੇ। ਸਰਕਾਰ ਅੱਗੇ ਮੰਗ ਇਹ ਆ ਵੀ ਸਾਡੀ ਜਿਹੜੀ ਬਿਜਲੀ ਇਹ ਨਿਰਵਿਘਨ ਇਸੇ ਤਰ੍ਹਾਂ ਚੱਲੇ, ਕਿਉਂਕਿ ਜਿਹੜੀ ਬਿਜਲੀ 8 ਘੰਟੇ ਉਹਨਾਂ ਨੇ 10 ਜੂਨ ਤੋਂ ਕਰ ਦਿੱਤੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਸਰਕਾਰ ਦਾ ਵੀ ਔਰ ਉਸ ਜਿਹੜੇ ਅਫਸਰ ਸ਼ਾਹੀ ਸੀ ਉਹਨਾਂ ਨੇ ਜਿਹੜਾ ਕੰਮ ਕੀਤਾ ਬਹੁਤ ਵਧੀਆ ਕੀਤਾ ਜਿਹੜਾ 10 ਜੂਨ ਨੇ। ਨਹਿਰ ਮਹਿਕਮੇ ਦਾ ਜਿਹੜਾ ਕੰਮ ਸੀ ਉਹ ਬੜਾ ਢਿੱਲਾ ਚੱਲਦਾ ਸੀ, ਪਰ ਉਹ ਇਸ ਟਾਈਮ ਉਹਨਾਂ ਨੇ 10 ਜੂਨ ਤੋਂ 1 ਜੂਨ ਨੂੰ ਪਾਣੀ ਛੱਡ ਦਿੱਤਾ। ਸਾਡੇ ਇਸ ਏਰੀਏ ਦੇ ਵਿੱਚ ਜਿਹੜੀ ਪਾਣੀ ਦੀ ਮੰਗ ਬੜੀ ਵੱਡੀ ਸੀਗੀ ਨਹਿਰੀ ਪਾਣੀ ਦੀ, ਸੋ ਜਿਹੜਾ ਉਹਨਾਂ ਨਹਿਰੀ ਪਾਣੀ ਇਹ ਮਹਿਕਮੇ ਨੇ ਔਰ ਜਿਹੜੇ ਅਫਸਰ ਸ਼ਾਹੀ ਨੇ ਕੰਮ ਸਹੀ ਢੰਗ ਨਾਲ ਸਾਡੀਆਂ ਆਵਾਜ਼ ਸੁਣ ਕੇ ਅਤੇ ਸਾਡੀ ਉਹਨਾਂ ਨੇ ਪੂਰੀ ਕੀਤੀ। 10 ਜੂਨ ਨੂੰ ਉਹਨਾਂ ਨੇ ਪਾਣੀ ਪੂਰਾ ਕਰ ਦਿੱਤਾ ਸਾਰੀਆਂ ਮਿਨਰਾਂ 'ਚ ਔਰ ਸਾਰੇ ਟੈਲਾਂ 'ਤੇ ਪਾਣੀ ਮੇਰੇ ਖਿਆਲ ਦੇ ਵਿੱਚ ਲਗਭਗ ਪਹੁੰਚ ਚੁੱਕਾ ਹੈ, ਕਿਉਂਕਿ ਜਿੰਨੀ ਪਾਣੀ ਦੀ ਕਪੈਸਿਟੀ ਸੀ ਇਸ ਸਾਡੀ ਮੇਨ ਬ੍ਰਾਂਚ ਵਿੱਚ ਉਹ ਕਪੈਸਿਟੀ ਪੂਰੀ ਚੱਲ ਰਹੀ ਹੈ। ਸੋ ਮੈਂ ਧੰਨਵਾਦ ਕਰਨਾ ਇਸ ਸਾਡੇ ਨਹਿਰੀ ਡਿਪਾਰਟਮੈਂਟ ਦਾ ਔਰ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਜ਼ਿਮੀਂਦਾਰਾਂ ਦੀ ਨਾਲ ਤੁਰ ਕੇ ਔਰ ਸਾਡੀ ਇਹਨਾਂ ਨੇ ਸਾਰ ਲਈ ਹੈ, ਕਿਉਂਕਿ ਇਹ ਜਿਹੜੀਆਂ ਮੰਗਾਂ ਸੀ ਸਾਡੀਆਂ ਕਿ ਅਸੀਂ ਸਿੱਧੀ ਬਿਜਾਈ ਕਰਨੀ, ਸਿੱਧੀ ਬਿਜਾਈ ਕਰਨ ਦਾ ਕਾਰਨ ਸੀ ਵੀ ਸਾਡੇ ਕੋਲ ਜਿਹੜਾ ਨਹਿਰੀ ਪਾਣੀ ਜ਼ਰੂਰੀ ਹੋਣਾ ਚਾਹੀਦਾ ਸੀ। ਸੋ ਸਾਡੇ ਇਸ ਇਲਾਕੇ ਦੇ ਵਿੱਚ ਜਿਹੜੀ ਸਿੱਧੀ ਬਿਜਾਈ ਚੱਲ ਰਹੀ ਹੈ ਔਰ ਥੋੜ੍ਹੇ ਜਿਹਾ ਪਛੜਿਆ ਆਮ ਲੋਕਾਂ ਨਾਲੋਂ ਜਿਹੜੇ ਪਾਸੇ ਏਰੀਏ ਨਾਲੋਂ ਪਛੜਿਆ ਹੈ, ਕਿਉਂਕਿ ਇੱਥੇ ਨਹਿਰੀ ਪਾਣੀ ਦਾ ਪ੍ਰਬੰਧ ਨਹੀਂ ਸੀਗਾ ਪਹਿਲਾਂ ਅਤੇ ਪਾਣੀ ਕੌੜਾ ਸੀ ਥੱਲੇ, ਇਸ ਕਰਕੇ ਥੋੜ੍ਹਾ ਲੇਟ ਹੋ ਚੁੱਕਾ, ਪਰ ਫਿਰ ਵੀ ਜ਼ਿਮੀਂਦਾਰ ਬੜੇ ਜ਼ੋਰਾਂ ਨਾਲ ਜਿਹੜੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਹੈ 11-21 ਦੀ। ਅਤੇ ਸੋ ਅਸੀਂ ਧੰਨਵਾਦ ਹਾਂ ਸਰਕਾਰ ਦੇ ਔਰ ਅਫਸਰ ਸ਼ਾਹੀਆਂ ਦੇ ਵੀ ਜਿਨ੍ਹਾਂ ਨੇ ਸਾਡਾ ਇਹ ਪਾਣੀ ਔਰ ਬਿਜਲੀ ਸਾਡੀ ਨਿਰਵਿਘਨ ਇਸੇ ਤਰ੍ਹਾਂ ਦੇਣ। ਜਿਹੜੇ ਨਹਿਰੀ ਪਾਣੀ ਹੈ ਸਾਡੇ, ਅਸੀਂ ਮੈਂ ਮੰਗ ਰੱਖਦਾ ਕਿ ਨਹਿਰੀ ਪਾਣੀ ਜਿਹੜਾ ਨਿਰਵਿਘਨ ਚਲਾਉਣ, ਕਿਉਂਕਿ ਹੁਣ ਨਹਿਰੀ ਪਾਣੀ ਦੀ ਬਹੁਤ ਜ਼ਿਆਦਾ ਮੰਗ ਹੈ, ਅਤੇ ਇਸੇ ਤਰ੍ਹਾਂ ਚਲਾਉਣ ਸਰਕਾਰ ਔਰ ਅਫਸਰ ਜਿਹੜੀ ਅਫਸਰ ਰਲ ਕੇ ਇਹਦਾ ਪੂਰਾ ਨਿਗਰਾਨ ਹੇਠ ਰੱਖ ਕੇ ਜਿਹੜਾ ਪਾਣੀ ਪੂਰਾ ਕਰਨ। ਸੋ ਧੰਨਵਾਦ ਇਹ ਸਰਕਾਰ ਦਾ ਔਰ ਅਫਸਰ ਸ਼ਾਹੀ ਦਾ।